ਅਸੀਂ ਤਾਂ ਰੋਜ਼ ਹੀ ਧੂਫਾ ਦਿਖਾਉਂਦੇ ਆ ਤੇ ਜੇ ਤੁਹਾਨੂੰ ਕੋਈ ਪੁੱਛ ਲਵੇ ਭਾਈ ਉਹਦੀ ਬਾਣੀ ਦੇ ਵਿੱਚ ਕਿੰਨੇ ਸ਼ਲੋਕ ਆ ਤੇ ਸਾਨੂੰ ਸ਼ਾਇਦ ਨਹੀਂ ਪਤਾ ਹੁੰਦਾ। ਰਮਾਇਣ ਸਾਹਿਬ ਦੇ ਵਿੱਚ 24,000 ਸ਼ਲੋਕ ਲਿਖੇ ਭਗਵਾਨ ਵਾਲਮੀਕਿ ਮਹਾਰਾਜ ਨੇ ਔਰ ਗੁਰੂ ਪਿਆਰੇ ਉਹਦੇ ਵਿੱਚ 7 ਕਾਂਡ ਲਿਖੇ ਨੇ। ਰਮਾਇਣ ਸਾਹਿਬ ਵਿੱਚ 7 ਕਾਂਡ ਲਿਖੇ ਨੇ, ਬਾਲ ਕਾਂਡ, ਕਿਸ਼ਕਿੰਧਾ ਕਾਂਡ, ਅਯੁੱਧਿਆ ਕਾਂਡ, ਇਸ ਤਰ੍ਹਾਂ ਕਰਕੇ ਉਹਦੇ ਵਿੱਚ 7 ਕਾਂਡ ਨੇ ਤੇ 24,000 ਸ਼ਲੋਕ ਲਿਖੇ ਭਗਵਾਨ ਵਾਲਮੀਕਿ ਮਹਾਰਾਜ ਨੇ। ਹੁਣ ਤਾਂ ਚਲੋ ਰਮਾਇਣਾ ਹੀ ਅਲੱਗ ਅਲੱਗ ਲਿਖ ਦਿੱਤੀਆਂ ਲੋਕਾਂ ਨੇ, ਉਦੋਂ ਬਾਅਦ ਤੁਲਸੀਦਾਸ ਨੇ ਵੀ ਲਿਖ ਦਿੱਤੀ ਰਮਾਇਣ। ਗੁਰੂ ਪਿਆਰਿਓ, ਪਰ ਮੈਂ ਗੱਲ ਉਹਦੀ ਕਰ ਰਿਹਾ ਜਿਹੜੀ ਭਗਵਾਨ ਵਾਲਮੀਕਿ ਮਹਾਰਾਜ ਨੇ ਲਿਖੀ ਸੀ। ਉਹਦੇ 24,000 ਸ਼ਲੋਕ ਲਿਖੇ ਭਗਵਾਨ ਵਾਲਮੀਕਿ ਮਹਾਰਾਜ ਨੇ। ਬੱਚਿਓ ਧਿਆਨ ਵਿੱਚ ਰੱਖਣਾ ਜ਼ਰੂਰੀ, ਕਿਉਂਕਿ ਮੋਟੀਆਂ ਮੋਟੀਆਂ ਮੈਂ ਗੱਲਾਂ ਤੁਹਾਨੂੰ ਦੱਸਣੀਆਂ ਤੇ ਜਿਹੜੀਆਂ ਸਾਡੇ ਧਿਆਨ ਦੇ ਵਿੱਚ ਰਹਿਣ, ਕਿਉਂਕਿ ਹਰ ਇੱਕ ਬੰਦੇ ਦਾ ਅਲੱਗ ਅਲੱਗ ਤਰੀਕਾ ਹੈ। ਪਰ ਮੇਰਾ ਥੋੜ੍ਹਾ ਜਿਹਾ ਅਲੱਗ ਤਰੀਕਾ ਕਿ ਮੈਂ ਇੱਕ ਸਤਸੰਗ ਜਿਹੜਾ ਆ ਉਹ ਇਸ ਤਰ੍ਹਾਂ ਕਰਦਾ ਕਿ ਆਪਾਂ ਅੱਖਾਂ ਦੇ ਸਾਹਮਣੇ ਬੈਠ ਕੇ ਤੁਹਾਡੇ ਨਾਲ ਵਿਚਾਰ ਕਰਕੇ ਗੱਲਾਂ ਕਰਕੇ ਮੈਂ ਤੁਹਾਡੇ ਨਾਲ ਜਿਹੜੇ ਵਿਚਾਰ ਕਰਨੇ ਨੇ। ਮੈਂ ਇਹ ਨਹੀਂ ਕਿ ਮੈਂ ਅੱਖਾਂ ਮਟੀਰ ਕੇ ਤੁਹਾਨੂੰ ਕਹਾਣੀਆਂ ਸੁਣਾਈ ਦਿਉਂ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਮੇਰਾ ਸਿਸਟਮ ਥੋੜ੍ਹਾ ਜਿਹਾ ਇਵੇਂ ਜਿਵੇਂ ਆਪਾਂ ਸਕੂਲ ਦੇ ਵਿੱਚ ਆ। ਹੁਣ ਸਕੂਲ ਦੇ ਵਿੱਚ ਟੀਚਰ ਸਾਨੂੰ ਪੜ੍ਹਾ ਰਿਹਾ, ਜਿਹੜਾ ਵੀ ਬੱਚਾ ਕਲਾਸ ਦੇ ਵਿੱਚ ਜਾਂਦਾ ਅਗਰ ਉਹ ਟੀਚਰ ਦਾ ਵੱਲ ਧਿਆਨ ਹੀ ਦਿੰਦਾ ਜੋ ਉਹ ਸਬਜੈਕਟ ਪੜ੍ਹਾ ਰਿਹਾ, ਜਾਂ ਬੁੱਕਸ ਨਹੀਂ ਪੜ੍ਹਦਾ, ਜਾਂ ਲਿਖਦਾ ਨਹੀਂ, ਜਾਂ ਹੋਮਵਰਕ ਨਹੀਂ ਬੱਚਾ ਕਰਦਾ, ਉਹ ਅਕਸਰ ਤੁਸੀਂ ਵੇਖਿਆ ਹੋਇਆ ਕਿ ਪੇਪਰਾਂ ਦੇ ਵੇਲੇ ਬੱਚਾ ਫੇਲ ਹੋ ਜਾਂਦਾ, ਪਾਸ ਨਹੀਂ ਹੋ ਗਿਆ। ਜਿਹੜੇ ਬੱਚੇ ਟੀਚਰ ਦਾ ਕਹਿਣਾ ਮੰਨਣਗੇ, ਧਿਆਨ ਨਾਲ ਉਹਦੀ ਗੱਲ ਸੁਣਨਗੇ, ਬੁੱਕਸ ਨੂੰ ਪੜ੍ਹਨਗੇ, ਹੋਮਵਰਕ ਦਿੱਤਾ ਹੋਇਆ ਕਰਨਗੇ, ਉਹ ਬੱਚੇ ਅਕਸਰ ਪੇਪਰਾਂ ਦੇ ਵਿੱਚ ਪਾਸ ਹੋ ਜਾਂਦੇ। ਅੱਜ ਤੁਸੀਂ ਵੀ ਸਕੂਲ ਵਿੱਚ ਆਏ ਆ, ਹੁਣ ਅੱਜ ਵੇਖਣਾ ਕਿ ਤੁਸੀਂ ਜਿੰਨੇ ਵੀ ਬੈਠੇ ਹੋ ਤੁਹਾਡੇ ਵਿੱਚੋਂ ਪਾਸ ਕਿਹੜਾ ਹੁੰਦਾ, ਕਿਉਂਕਿ ਨਾਲ ਦੀ ਨਾਲ ਮੈਂ ਤੈਨੂੰ ਦੱਸੀ ਵੀ ਜਾਣਾ ਤਾਂ ਮੈਂ ਤੈਨੂੰ ਪੁੱਛ ਵੀ ਸਕਦਾ, ਤੁਸੀਂ ਧਿਆਨ ਰੱਖਣਾ ਜ਼ਰੂਰੀ। ਮੈਂ ਸਟੋਪ ਕਰਕੇ ਤੁਹਾਨੂੰ ਪੁੱਛ ਵੀ ਸਕਦਾ ਵੀ ਮੈਂ ਕਿਹੜੀ ਗੱਲ ਕਰਕੇ ਹਟਿਆ, ਇਸ ਕਰਕੇ ਤੁਸੀਂ ਮੇਰੇ ਵੱਲ ਧਿਆਨ ਰੱਖਣਾ ਕਿ ਮੈਂ ਕਹਿ ਕੀ ਰਿਹਾ। ਇਹ ਨਾ ਹੋਵੇ ਵੀ ਮੈਂ ਆਪਣੀਆਂ ਕਹਾਣੀਆਂ ਸੁਣਾ ਸੁਣਾ ਚਲੇ ਜਾਵਾਂ ਅਤੇ ਸਾਨੂੰ ਕੁਝ ਕੁਝ ਪੱਲੇ ਹੀ ਨਾ ਪਾ। ਮੇਰਾ ਮਕਸਦ ਇਹ ਹੁੰਦਾ ਵੀ ਜਿੱਥੇ ਵੀ ਮੈਂ ਕਦੇ ਜਾਵਾਂ 100 ਨਹੀਂ ਭਾਵੇਂ 10 ਗੱਲਾਂ ਕਰਾਂ, ਤੁਹਾਡੇ ਪੱਲੇ ਪੈਣੀਆਂ ਚਾਹੀਦੀਆਂ। ਮੈਂ ਉਹ ਨਹੀਂ ਗੱਲ ਕਰਦਾ ਕਿ ਬੰਦੇ ਨੂੰ ਜ਼ਿਆਦਾ ਰਜਾਉਂਦਾ ਤਾਂ ਫਿਰ ਬੰਦਾ ਤੰਗ ਆਉਂਦਾ, ਮੈਂ ਘੱਟ ਮੈਂ ਜ਼ਿਆਦਾ ਰਜਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਮੈਂ ਜ਼ਰੂਰ ਤੁਹਾਨੂੰ ਦੱਸਾਂਗਾ ਭਾਵੇਂ ਥੋੜ੍ਹਾ ਦੱਸਾਂ, ਪਰ ਮੈਂ ਚਾਹੁੰਦਾ ਕਿ ਤੁਹਾਡੇ ਉਹ ਦਿਮਾਗ ਦੇ ਵਿੱਚ ਗੱਲਾਂ ਕਰ। ਹੁਣ ਧਿਆਨ ਕਰਨਾ, ਹੁਣ ਰਮਾਇਣ ਸਾਹਿਬ ਦੇ 24,000 ਸ਼ਲੋਕ ਲਿਖੇ ਅਤੇ ਉਸ ਤੋਂ ਬਾਅਦ ਉਹ ਤੋਂ ਪਹਿਲਾਂ ਇੱਕ ਗ੍ਰੰਥ ਲਿਖਿਆ ਭਗਵਾਨ ਵਾਲਮੀਕਿ ਮਹਾਰਾਜ ਜਿਹਦਾ ਨਾਮ ਸੀ ਪਾਵਨ ਸ਼੍ਰੀ ਯੋਗ ਵਸਿਸ਼ਠ ਗ੍ਰੰਥ, ਉਹਨੂੰ ਆਦਿ ਰਮਾਇਣ ਵੀ ਲਿਖਦੇ। ਉਹਦੇ 32,000 ਸ਼ਲੋਕ ਲਿਖੇ। ਬੱਚਿਓ ਰੌਲਾ ਨਹੀਂ ਪਾਉਣਾ ਬਈ, ਹੈਲੋ ਰੌਲਾ ਨਹੀਂ ਪਾਉਣਾ, ਕਿਉਂਕਿ ਰੌਲਾ ਪਾਵੋਗੇ ਤੈਨੂੰ ਪਤਾ ਨਹੀਂ ਲੱਗਣਾ ਕਿਸੇ ਚੀਜ਼ ਦਾ। 32,000 ਸ਼ਲੋਕ ਲਿਖੇ ਪਾਵਨ ਸ਼੍ਰੀ ਯੋਗ ਵਸਿਸ਼ਠ ਗ੍ਰੰਥ ਅਤੇ ਗੁਰੂ ਪਿਆਰੇ ਉਹਦੇ ਵਿੱਚ 6 ਪ੍ਰਕਰਨ ਲਿਖੇ ਗਏ, 6 ਉਹਦੇ ਪਾਠ ਪੜ੍ਹਾਏ ਗਏ। ਜਿਹੜਾ ਯੋਗ ਵਸਿਸ਼ਠ ਗ੍ਰੰਥ ਆ ਅੱਜ ਇਹਦੀ ਮੈਂ ਗੱਲ ਕਰਦਾ, ਉਹਦੇ ਵਿੱਚ ਲਿਖਿਆ ਕਿ ਗਿਆਨ ਹੀ ਸੰਸਾਰ ਦਾ ਮੂਲ ਆਧਾਰ ਹੈ। ਬਹੁਤ ਵੱਡੀ ਗੱਲ ਹੈ ਕਿ ਅਸੀਂ ਗਿਆਨ ਤੋਂ ਬਿਨਾਂ ਅਧੂਰੇ ਹਾਂ। ਅਗਰ ਸਾਡੇ ਪੱਲੇ ਗਿਆਨ ਨਹੀਂਗਾ ਤਾਂ ਅਸੀਂ ਅਧੂਰੇ ਹਾਂ। ਜੇ ਸਾਡੇ ਪੱਲੇ ਗਿਆਨ ਹੋਵੇਗਾ ਤਾਂ ਫਿਰ ਅਸੀਂ ਜਾ ਕੇ ਪੂਰੇ ਹੋ ਸਕਦੇ ਹਾਂ। ਹੁਣ ਯੋਗ ਵਸਿਸ਼ਠ ਗ੍ਰੰਥ ਦੇ ਵਿੱਚ 32,000 ਸ਼ਲੋਕ, ਰਮਾਇਣ ਸਾਹਿਬ ਦੇ ਵਿੱਚ 24,000 ਸ਼ਲੋਕ, ਤੁਸੀਂ ਧਿਆਨ ਰੱਖਣਾ। ਹੁਣ ਮੈਂ ਗੱਲ ਕਰਾਂ ਕਿ ਸਾਰੇ ਲੋਕ ਰੌਲਾ ਪਾਉਂਦੇ ਕਿ ਭਗਵਾਨ ਵਾਲਮੀਕਿ ਮਹਾਰਾਜ ਨੇ ਕਹਿੰਦੇ ਰਮਾਇਣ ਸਾਹਿਬ ਦੀ ਰਚਨਾ ਕੀਤੀ। ਹੁਣ ਜੇ ਰਮਾਇਣ ਸਾਹਿਬ ਦੀ ਰਚਨਾ ਕੀਤੀ, ਮੇਰੇ ਭੈਣੋ ਧਿਆਨ ਕਰਨਾ, ਇਹਨਾਂ ਤੋਂ ਸਾਨੂੰ ਸਾਰਿਆਂ ਤੋਂ ਪਤਾ ਹੁੰਦਾ ਵੀ ਰਮਾਇਣ ਸਾਹਿਬ ਲਿਖੀ ਹੈ। ਜੇ ਲਿਖੀ ਸੀ ਤਾਂ ਕਿਉਂ ਲਿਖੀ ਸੀ ਭਗਵਾਨ ਵਾਲਮੀਕਿ ਮਹਾਰਾਜ ਨੇ, ਵੀ ਤੁਹਾਨੂੰ ਕੋਈ ਦੱਸ ਕੇ ਗਿਆ ਹੋਵੇ ਸਤਸੰਗ ਦੇ ਵਿੱਚ ਵੀ ਉਹਨਾਂ ਨੇ ਰਮਾਇਣ ਸਾਹਿਬ ਲਿਖੀ ਕਿਉਂ ਸੀ, ਕਾਰਨ ਕੀ ਸੀ। ਚਲੋ ਮੈਂ ਆਪ ਜੀ ਨਾਲ ਵਿਚਾਰ ਸਾਂਝੀ ਕਰਦਾ ਕਿ ਇੱਕ ਵਾਰੀ ਉਸ ਸਮੇਂ ਦੀ ਗੱਲ ਆ, ਇੱਕ ਵਾਰੀ ਇੱਕ ਦਰਖਤ ਦੇ ਉੱਤੇ ਕਰੋਚ ਪੰਛੀਆਂ ਦਾ ਜੋੜਾ ਆਪਸ ਵਿੱਚ ਹੀ ਪਿਆਰ ਦੀਆਂ ਗੱਲਾਂ ਕਰ ਰਿਹਾ। ਜਿਹੜਾ ਸੀ ਜੋੜਾ
विष्णु जी आए जिन्होंने शिकारी का रूप धारण किया है। विष्णु जी ने एक शिकारी का रूप धारण करके शिकार करते करते ने एक पंछी दे तीर मारिया। जिस वेले ओदे तीर मारिया गुरु प्यारे ते की होया, एक पंछी जिहड़ा जिहदे तीर वज्जा वह तड़पता तड़पता जाके जमीन ते डिग पिया। जो बोले सुंदर पै कि जय जय बोलदिया करो, जय सारे कहदिया करो, क्योंकि मैं जय तां बार बार कहना करो कहते जिहदी जबान ते जय ओहदी जग ते जय हो जाती है। और जो साड़ी जबान से जय नहीं तो साड़ी दुनिया के उत्ते कदे जित नहीं हो सकती। जय का मतलब जित है। तुसीं भावें गूगल से सर्च करके वेख लियो, हर चीज़ का जवाब मिल जाता है। जय का मतलब जित। और तुहाडी जय इन्नी कि तुसीं मूँह चो बोलना नहीं चाहते तो उदा कहने कि साडा सारी दुनिया से राज हो जाए, कदे हो नहीं सकता। जय अंदरों बोलनी पवेगी, जय का मतलब जित। जो बोले सो सर पै भगवान वाल्मीकि जी महाराज की। जिस वेले जमीन ते डिगा आया ते ओदी जान निकल गई है तड़पते तड़पते, ते नाल दा पंछी ओदे कोल बह के रो रिया, अखां दे विचों त्रिप त्रिप करके हंझू वग रहे ने। हुण ओ की कह रिया, रो रो के की कह रिया कि साडा की कसूर सी, मेरा साथी मेरे तो विछोड़ दिता, असी ते बड़े आराम नाल बैठे सी, किसी ने कुछ कहिंदे नहीं सी, मैं मेरा साथी जिहड़ा आ वो मेरे तो विछोड़ दिता। गुरु प्यारे की होया, जदों काल गई ते गुरु प्यारे भगवान वाल्मीकि जी महाराज उस जगह ते पहुंच गए ने जिथे वो पंछी पिया सी। जिस वेले गुरु प्यारियो वो पंछी नू अपने हाथों के विच चुकिया, भगवान वाल्मीकि जी महाराज ने पंछी दुनिया तो जा चुका सी। आखो जो बोले सोदर पै भगवान वाल्मीकि जी महाराज की। जिस वेले पंछी जा चुका सी ते मेरे काल अंतर भगवान ने कहिंदे विष्णु कहिंदे तू एक निर्दोष पंछी की हत्या कीती है जिहदा कोई कसूर नहीं सी। कहिंदे अज मैं तेरे नाल इक वचन कर रहा है, क्योंकि तुसी भी कई वारी आपां माड़े कर्म करदे आ, हत्या कर दिंदे आ। गुरु प्यारियो बहुत माड़ा पाप है। कहिंदे भगवान वाल्मीकि माने कि विष्णु नूं वचन कर दिता, कहण लगे कि तू एक निर्दोष पंछी की हत्या कीती है, अज मैं तेरे नाल इक वचन कर रहा है। कई वारी लोग शराप कह दिंदे आ, क्योंकि परमात्मा जिहड़ा कदे शराप नहीं दिंदा, वो वचन करता हुक्म करता है। भगवान वाल्मीकि जी महाराज ने हुक्म किया, वचन किया, कह लगे भी जिस तरह ये लाल का पंछी रो रहा अपने पंछी के साथी के वजूद में, कह लगे कि हे विष्णु कदे तुम ही त्रेता युग के विच आवेगा। ध्यान करना भी सारे बिना क्यों पता नहीं लगा, क्योंकि रामायण साहब जी मैं गल कर रहा कि क्यों लिखी। जिस वेले उन्हें कहा कि तैनूं ये जिहड़ा कर्म किया माड़ा कर्म किया इहदा फल तैनूं भुगतना पैणा है, कहने लगे कि तू भी त्रेता युग विच आवेगा ते तैनूं राम दा रूप धारना पवेगा। जो बोले सुनण पै। हुण गुरु प्यारियो विष्णु दा अवतार श्री रामचंद्र जी आए, विष्णु दा अवतार, क्योंकि भगवान वाल्मीकि जी ने कहा कि तू त्रेता युग दे विच मेरे ते तरस कर दो, मैं किन्ने क युग रुलदा रहांगा। क्योंकि गुरु प्यारे सत युग चल रहा सी, सत युग तो बाद भैणो द्वापर आना सी, फिर जाके तीजे नंबर ते त्रेता युग आना सी, त्रेता युग दे विच आना सी राम दा। हुण विष्णु जी ने जदों अरदास बेनती कीती गुरु प्यारे ते की होया, विष्णु की अरदास बेनती ते भगवान वाल्मीकि ने की कीता, जदों उन्हें अरदास बेनती कीती ते गुरु प्यारे भगवान वाल्मीकि महाराज ने विष्णु की अरदास बेनती ते युग जिहड़ा सी ओह चेंज कर दिता। हुण सत युग सी, सत युग तो बाद द्वापर फिर जाके त्रेता आना सी, ते गुरु प्यारे विष्णु की अरदास बेनती ते त्रेता युग पहलो आ गया सी, द्वापर युग तीजे नंबर से जाके आया सी। आखो जो बोले सोदर पै।
ਉੱਚੀ ਸਵਾਦ ਵੀ ਆ ਰਿਹਾ ਕਿਉਂਕਿ ਮੈਨੂੰ ਮਜ਼ਾ ਵੀ ਆ ਰਿਹਾ ਮੈਨੂੰ ਇਦਾਂ ਲੱਗਦਾ ਤੁਸੀਂ ਮਜਬੂਰੀ ਨੂੰ ਬੈਠੇ ਆ ਮਜਬੂਰੀ ਨੂੰ ਨਹੀਂ ਬੈਠਣਾ ਅਗਰ ਮਨ ਨਾ ਕਰੇ ਤਾਂ ਮੈਨੂੰ ਉੱਠ ਕੇ ਕਹਿੰਦਾ ਭਾਈ ਸਾਡਾ ਨਹੀਂ ਮਨ ਕਰਦਾ ਕਿਉਂਕਿ ਇਹ ਜਿਹੜੀ ਆ ਗੁਰੂ ਮਹਾਰਾਜ ਦੀ ਸਿੱਧ ਜਿਹੜੀ ਆ ਉਹ ਬੜੇ ਆਰਾਮ ਨਾਲ ਔਰ ਧਿਆਨ ਨਾਲ ਸੁਣੀ ਜਾਂਦੀ ਹੈ ਤੇ ਜ਼ਰੂਰ ਜੈ ਜੂਠ ਕਿਆ ਕਰੂੰਗਾ ਕਿਉਂਕਿ ਮੈਨੂੰ ਪਤਾ ਲੱਗਦਾ ਕਿ ਤੇ ਗੁਰੂ ਪਿਆਜੋ ਮੋਰ ਪੰਛੀ ਚੱਲ ਕੇ ਆ ਗਿਆ ਆਪਣੀ ਆਵਾਜ਼ ਦੇ ਵਿੱਚ ਉਸ ਪਰਮਾਤਮਾ ਨਾਲ ਗੱਲ ਕੀਤੀ ਕਹਿਣ ਲੱਗੇ ਕਿ ਆ ਲਓ ਮੇਰਾ ਖੰਭ ਲੈ ਲਓ ਮੇਰਾ ਵੀ ਕਿਤੇ ਆਧਾਰ ਹੋ ਜਾਵੇਗਾ ਗੁਰੂ ਪਿਆਜੋ ਜਦੋਂ ਮੋਰ ਦਾ ਖੰਭ ਲੈ ਲਿਆ ਕਿਉਂਕਿ ਅੱਜ ਤੁਸੀਂ ਦੇਖੋ ਸਾਡਾ ਇੰਡੀਆ ਦਾ ਰਾਸ਼ਟਰੀ ਪੰਛੀ ਕਿਹੜਾ ਹੈ ਆਪਾਂ ਸਾਰਿਆਂ ਨੇ ਪੜ੍ਹਿਆ ਹੋਵੇਗਾ ਸਕੂਲਾਂ ਦੇ ਵਿੱਚ ਦੱਸਦੇ ਆ ਕਿ ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ ਪਤਾ ਬੱਚੇ ਤੈਨੂੰ ਰਾਸ਼ਟਰੀ ਪੰਛੀ ਕਿਹੜਾ ਹੈ ਹਾਂਜੀ ਇਸੇ ਕਰਕੇ ਮੋਰ ਨੂੰ ਰਾਸ਼ਟਰੀ ਪੰਛੀ ਦਾ ਖਿਤਾਬ ਮਿਲਿਆ ਗੁਰੂ ਪਿਆਰਿਓ ਕਿਉਂਕਿ ਮੋਰ ਦੇ ਖੰਭ ਦੇ ਨਾਲ ਰਮਾਇਣ ਸਾਹਿਬ ਜੀ ਦੀ ਤੇ ਉਹੀ ਖੰਭ ਜਿਹੜਾ ਸੀ ਕ੍ਰਿਸ਼ਨ ਮਹਾਰਾਜ ਨੇ ਵੀ ਆਪਣੇ ਮਨ ਪਤਾ ਲਾਇਆ ਸੀ ਗੁਰੂ ਪਿਆਰੇ ਜਿਸ ਵੇਲੇ ਮੋਰ ਦਾ ਖੰਭ ਲੈ ਲਿਆ ਤੇ ਉਹਨਾਂ ਨੂੰ ਜ਼ਰੂਰਤ ਪਈ ਪੇਪਰ ਕਾਹਦੇ ਤੇ ਲਿਖਦਾ ਸੀ ਜਿਸ ਵੇਲੇ ਪਰਮਾਤਮਾ ਵਾਲਮੀਕੀ ਮਹਾਰਾਜ ਨੇ ਉਹ ਖੰਭ ਦਾ ਕਲਮ ਲੈ ਲਈਏ ਤੇ ਉਸ ਤੋਂ ਬਾਅਦ ਭੋਏ ਦੇ ਪੱਤਰ ਦਾ ਦਰਖਤ ਆਪਣੇ ਆਪ ਚੱਲ ਗਿਆ ਦੇਖੋ ਦਰਖਤ ਚੱਲਦੇ ਸੀ ਉਸ ਟਾਈਮ ਦਰਖਤ ਚੱਲ ਕੇ ਅੱਗੇ ਆ ਗਿਆ ਉਹ ਭੋਏ ਦੇ ਪੱਤਰ ਲੈ ਲੈਂਦਾ ਫਿਰ ਗੁਰੂ ਪਿਆਰਿਓ ਗੱਲ ਉਹ ਸੀ ਇੱਥੇ ਕਿ ਸ਼ਾਹੀ ਦੀ ਜ਼ਰੂਰਤ ਪਈ ਸ਼ਾਹੀ ਕਿਵੇਂ ਤਿਆਰ ਹੁੰਦਾ ਉਸ ਤੋਂ ਬਾਅਦ ਪਿਆਰਿਓ ਜਲ ਦੇਵਤਾ ਚੱਲ ਕੇ ਆ ਗਿਆ ਪਰਮਾਤਮਾ ਵਾਲਮੀਕ ਜੀ ਮਹਾਰਾਜ ਨੇ ਜਲ ਪ੍ਰਾਪਤ ਕਰ ਲਿਆ ਉਸ ਤੋਂ ਬਾਅਦ ਕਿਉਂਕਿ ਜਲ ਦਾ ਕੋਈ ਕਲਰ ਨਹੀਂ ਜਲ ਬਿਲਕੁਲ ਪਲੇਨ ਹੁੰਦਾ ਉਹਦਾ ਕੋਈ ਕਲਰ ਨਹੀਂ ਹੁੰਦਾ ਤੇ ਗੁਰੂ ਪਿਆਰੇ ਸ਼ਾਹੀ ਦਾ ਜਿਹੜਾ ਕਲਰ ਕਿਵੇਂ ਤਿਆਰ ਹੋਇਆ ਉਸ ਤੋਂ ਬਾਅਦ ਕੇਸਰ ਤੇ ਚੰਦਨ ਦਾ ਦਰਖਤ ਚੱਲ ਕੇ ਆਇਆ ਆਪਣੇ ਆਪ ਕੇਸਰ ਤੇ ਚੰਦਨ ਦਾ ਦਰਖਤ ਚੱਲ ਕੇ ਆਇਆ ਗੁਰੂ ਪਿਆਰਿਓ ਜਿਸ ਵੇਲੇ ਕੇਸਰ ਤੇ ਚੰਦਨ ਨੂੰ ਉਹ ਪਾਣੀ ਦੇ ਵਿੱਚ ਮਿਲਾਇਆ ਇੱਕ ਸ਼ਾਹੀ ਦਾ ਰੂਪ ਧਾਰਨ ਕਰ ਗਿਆ ਕੁਝ ਬੋਲੇ ਸੁਣਰ ਪੈ ਤੇ ਗੁਰੂ ਪਿਆਰਿਓ ਸ਼ਾਹੀ ਵੀ ਤਿਆਰ ਹੋ ਗਈ ਭੋਜ ਦੇ ਪੱਤਰ ਵੀ ਆ ਗਏ ਤੇ ਮੋਰ ਦੇ ਖੰਭ ਦੀ ਕਲਮ ਵੀ ਤਿਆਰ ਹੋ ਗਈ ਤੇ ਗੁਰੂ ਪਿਆਰਿਓ ਉਸ ਟਾਈਮ ਭਗਵਾਨ ਵਾਲਮੀਕ ਜੀ ਮਹਾਰਾਜ ਨੇ ਤਮਸਾ ਨਦੀ ਦੇ ਕਿਨਾਰੇ ਬੈਠ ਕੇ 24,000 ਸ਼ਲੋਕ ਉਚਾਰਨ ਕੀਤੇ ਅਖੁਜੋ ਬੋਲੇ ਸੁੰਦਰ ਪੈ Thank you.
ਗੁਰੂ ਪਿਆਰੇ ਜੀ ਦਾ ਪ੍ਰਗਟ ਲੰਘ ਜਾਂਦਾ ਆ
ते उस तो बाद लोग कहते मंदिर विच नहीं पड़ते। मैनू तुहाडा इतना नहीं पता हिमाचल उत्तराखंड स्टेटा मैं जाना प्रोग्राम करना तो मैं यही देखना अपने समाज का ज्यादा हाल साल बाद जाके लोग बहुत जगह जाके जितने जेड़े साल बाद जाके खुलते मंदिर तीन चार दिन असी बड़ा रब ता ही चक लेना अपने आप बचण गए समझ आ गए साडा जग संपूर्ण हो गया। गुरु प्यारे जो हवन कर रहे हैं सारे जने देवी देवते हवन कर रहे अहूतियां पा रहे हैं ना संग बज रहा है ना हथ बज रहा है समा लंघ गया बहुत जो तो समा लंघ गया अपने प्यारियो तो लास्ट कृष्ण महाराज उठ के कह लगे संघ वाल आवाज मुक करके कह लगे भी क्यों नहीं ये आवाज आ रही शक्ति तो साढ़े बड़ी है असं अहूतियां पा रहे हैं ये आवाज क्यों नहीं आ रही क्यों नहीं साडा जग संपूर्ण हो रहा संघ के आवाज आ रही कह लगे जग उदो तक संपूर्ण नहीं हो सकता जो तक असी भगवान वाल्मीकि जी महाराज नहीं बुला के लेके एडी ताकत है मेरे मालक जो नंगे नंगे पैरी पांच पांडव द्रोपदा कृष्ण महाराज गए जाके अरदासा बेनतियां कीतियां कहिंदे मालका साडे नाल चलो साडा जग संपूर्ण हो रहा साडे तो बहुत वड्डी भुल हो गई है। भगवान वाल्मीकि जी महाराज ने अगे सवाल किया कहण लगे मैं तुहाडे नाल कद चलांगा सौ जग का फल पहलो मैनू दवो फिर मैं तुहाडे नाल चलांगा मोरे उन्होंने भी एक सवाल रखा तो गुरु प्यारे द्रोपदा भी परमात्मा नूं मनदे सी उहदे दिमाग दे विच गल आई उहने इदां करके झोली अड लई कहण लगी पिता जी सुनिया आ जो भी किसी आप संत महापुरश वाल चल के जाते पटिया होया एक कदम कहते सौ सौ जग के फल के बराबर कहते पिता जी ढेडे को किन्ने कदम चल के आए हैं कह लगे वो सौ जग का फल तुम रख लो बाकी का साड़ी झोली के पद वो जो बोले सुंदर पै परमात्मा वाल्मीकि जी महाराज कह लगे मैं सवाल पाया सी इन्होंने बुझ लिया तो कहते हुण जाना पवेगा तो गुरु प्यारे इस वेले परमात्मा वाल्मीकि जी महाराज उस जगह विच पहुंचे ने ते रखा है जमीन दे उत्ते संघ जिहड़ा सी ढाई फुट जमीन तो उच्चा होके बचा ढाई फुट जमीन तो उच्चा होके विचों आवाज आई संघ दे विच ते गुरु प्यारियो संघ नूं ढाईया भी कहा जांदा है जो आप बचाईदा संत हम नहीं बजाते मंदिरों के गुरुद्वारे बहुत घट है पहले हर मंदिर के हर गुरुद्वारे संत बजते अमृत वेले तड़के तड़के हम तो कोई बजा ही नहीं हम तो जोर लगता बजाने कहते संत नहीं बजता तो गुरु प्यारे हो नहीं तो संत बजे घड़ियाल बजते ही तड़के तड़के लोग उठ जाते उस वेले भी संत बज गया घड़ियाल बज गया अमृत वेला हो गया ते गुरु प्यारियो उस संघ नूं जदों भी बजाया जांदा ते ढाई बार बजाया जांदा दो बारी पूरा ते एक बारी अद्धा क्योंकि जमीन तो ढाई फुट उच्चा होकर बजदा सी उहनूं ढाईया भी कहा जांदा संघ इस करके पांडवां दा जग संपूर्ण कीता सारिआं दी परमात्मा लाज रखदे कोई भी याद करदा है ते आपां की करदे आं आपां दुखां दे वेले परमात्मा नूं याद करदे आं बाणी विच लिखिआ के दुख में सिमरन सब करे सुख में करे ना कोई वो सुख में सिमरन जे करे ते दुख काहे को कोई गुरु किते सुखां दे वेले भी परमात्मा नूं याद करो ते गुरु प्यारियो परमात्मा वाल्मीकि महाराज कहंदे दुख ते जे किसे उसे पुत दा बर्थडे मनाउणा होवे जन्मदिन मनाउणा होवे पार्टी करनी होवे पार्टी करनी होवे गुरु प्यारियो असी की करते हैं जे कोई कवे भाई जन्मदिन है बच्चे का भी घरे पाठ करा लो
शासन करा लो असि कहते नहीं नहीं साढ़े तो टाइम बहुत घट है बस डीजे लाना भंगड़ा पाना तो लोगों को खाने पीन दे देना वो गुरु प्यारे हो जोड़ा काम करना असा चाहिए सी तो अभी किया ही नहीं असं कि लोगों आप अपने बच्चों के बखले लेते परमात्मा वाल्मीकि बारे शासन करवाने कि करवाने घर के बर्फते घर घर मना होते होने घर घर लोग पार्टियां करते होने मंगते भी रोज होने और साढ़े बहुत सत्कार योग साढ़े बहुत सत्कार योग बड़े भीर जी अजय भीर जी और साढ़े विचार आए हैं उन्होंने बहुत बहुत धन्यवाद इन्हों की बदौलत अज अस संगत के दर्शन कर रहे हैं सो इन्हों का बहुत बड़ा उपराला है कि यह भी बड़ा अपने समाज के नाल प्यार करते हैं बहुत फर्क करते हैं कि साडा समाज किसी ना किसी तरह तरक्की कर जाए भावें ये जॉब करते हैं बताओ ये थानेदार जी जॉब करते हैं पर फिर भी ये समाज की बड़ी सेवा करते हैं तो मैं इस गल
जो एयरपोर्ट तो उतरे तो प्यारे उन्होंने सोचा
ਕਹਿੰਦੇ ਵੀ ਇੱਕ ਇੰਡੀਆ ਦਾ ਬਹੁਤ ਪੜ੍ਹਿਆ ਲਿਖਿਆ ਇਨਸਾਨ ਹੈ ਕਹਿੰਦੇ ਬਾਅਦ ਵਿੱਚ ਆਪਾਂ ਹੋਰ ਜਿੱਥੇ ਵੀ ਜਾਣਾ ਚੱਲਾਂਗੇ ਪਹਿਲੇ ਕਹਿੰਦੇ ਉਹਨਾਂ ਨੂੰ ਮਿਲਣੀ ਹੈ ਕਹਿੰਦੇ ਇੱਥੇ ਜਿਹੜੇ ਬਲਵਾਨ ਬੰਦੇ ਉਹਨਾਂ ਨੂੰ ਮਿਲਣੇ ਸਭ ਤੋਂ ਪਹਿਲੇ ਜਦੋਂ ਏਅਰਪੋਰਟ ਤੇ ਰਾਤ ਪਈ ਸੀ ਰਾਤ ਦੇ 12-1 ਵਜੇ ਹੋਏ ਤੇ ਏਅਰਪੋਰਟ ਤੋਂ ਉਤਰੇ ਉਤਰਦੇ ਸਾਰੀ ਕਹਿੰਦੇ ਵੀ ਮਹਾਤਮਾ ਗਾਂਧੀ ਨੂੰ ਮਿਲ ਕੇ ਆਈਏ ਕਹਿੰਦੇ ਠੀਕ ਆ ਵੀ ਉਹਨੂੰ ਮਿਲ ਕੇ ਆਈਏ ਜਦੋਂ ਉਹ ਰਾਤ ਦੇ ਘੱਟੋ ਘੱਟ 1 ਵਜ ਪਾਇਆ ਤੇ ਮਹਾਤਮਾ ਗਾਂਧੀ ਦੇ ਜਦੋਂ ਘਰ ਪਹੁੰਚੇ ਜਾ ਕੇ ਕੁੰਡਾ ਖੜਕਾਇਆ ਤੇ ਉਹਦੇ ਜਿਹੜੇ ਪਹਿਰੇਦਾਰ ਸੀ ਬਾਹਰੋਂ ਆ ਗਏ ਕਹਿੰਦੇ ਦੱਸੋ ਵੀ ਕੀ ਕੰਮ ਆ ਉਹ ਕਹਿਣ ਲੱਗੇ ਵੀ ਅਸੀਂ ਬਾਹਰਲੀ ਕੰਟਰੀ ਚੋਂ ਆਏ ਹਾਂ ਅਸੀਂ ਇੱਥੇ ਜਿਹੜੇ ਇੰਡੀਆ ਦੇ ਬਹੁਤ ਬਦਮਾਨ ਬੰਦੇ ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਕਹਿੰਦੇ ਸਾਨੂੰ ਪਤਾ ਲੱਗਾ ਕਿ ਮਹਾਤਮਾ ਗਾਂਧੀ ਵੀ ਬੜਾ ਬਦਮਾਨ ਆ ਉਹਨੂੰ ਮਿਲਣੇ ਤੇ ਗੁਰੂ ਪਿਆਰਿਓ ਉਹਦੇ ਜਿਹੜੇ ਪਹਿਰੇਦਾਰ ਸੀ ਕਹਿਣ ਲੱਗੇ ਕਹਿੰਦੇ ਮਹਾਤਮਾ ਗਾਂਧੀ ਜੀ ਇਸ ਟਾਈਮ ਸੁੱਤੇ ਪਏ ਨੇ ਕਹਿੰਦੇ ਮਿਲਣਾ ਤਾਂ ਤੁਸੀਂ ਸਵੇਰ ਨੂੰ ਆਇਓ ਕਹਿੰਦੇ ਯਾਰ ਅਸੀਂ ਇੱਕ ਦੂਰੋਂ ਆਏ ਹਾਂ ਪਿੰਡ ਵਾਸਤੇ ਉਹ ਕਹਿੰਦੇ ਸੁੱਤੇ ਪਏ ਆ ਫਿਰ ਉਸ ਤੋਂ ਬਾਅਦ ਗੁਰੂ ਪਿਆਰਿਓ ਕੀ ਹੋਇਆ ਉਸ ਤੋਂ ਬਾਅਦ ਉਹ ਪਹੁੰਚ ਗਏ ਨੇ ਕਹਿੰਦੇ ਚਲੋ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਮਿਲਦੇ ਹਾਂ ਜਦੋਂ ਉਹ ਰਾਤ ਦਾ 1:30 ਵੱਜ ਚੁੱਕਾ ਸੀ ਅੱਧਾ ਘੰਟਾ ਹੋਇਆ ਹੋਰ ਲੱਗ ਗਿਆ ਜਦੋਂ ਰਾਤ ਦੇ 1:30 ਵਜੇ ਉਹ ਬਾਬਾ ਸਾਹਿਬ ਅੰਬੇਡਕਰ ਜੀ ਦੇ ਘਰ ਦਾ ਜਾ ਕੇ ਕੁੰਡਾ ਖੜਕਾਇਆ ਤੇ ਕੁੰਡਾ ਗੁਰੂ ਪਿਆਰਿਓ ਆਪਣੇ ਆਪ ਖੁੱਲ ਗਿਆ ਕਿਉਂਕਿ ਅੰਦਰੋਂ ਕੁੰਡੀ ਨਹੀਂ ਸੀ ਲੱਗੀ ਜਦੋਂ ਜਾ ਕੇ ਉਹਨਾਂ ਨੇ ਵੇਖਿਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਕੁਰਸੀ ਤੇ ਬੈਠੇ ਨੇ ਹੱਥ ਦੇ ਵਿੱਚ ਕਲਮ ਫੜੀ ਏ ਤੇ ਬੁੱਕ ਉਹਨਾਂ ਦੇ ਹੱਥ ਦੇ ਵਿੱਚ ਤੇ ਪੜ੍ਹ ਰਹੇ ਨੇ ਉਹ ਪੁੱਛਣ ਲੱਗੇ ਕਹਿੰਦੇ ਸਾਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਪਰ ਬਾਬਾ ਸਾਹਿਬ ਅੰਬੇਡਕਰ ਜੀ ਨੂੰ ਜਦੋਂ ਜਾ ਕੇ ਮਿਲਿਆ ਉਹਨਾਂ ਨੇ ਸਤਿਕਾਰ ਕੀਤਾ ਕਹਿੰਦੇ ਕੁਝ ਖਾਓਗੇ ਪੀਓਗੇ ਉਹਨਾਂ ਨੇ ਪਾਣੀ ਪੀਣ ਨੂੰ ਦਿੱਤਾ ਕਹਿੰਦੇ ਬੈਠੋ ਜਦੋਂ ਉਹ ਬੈਠ ਕੇ ਕਹਿੰਦੇ ਅਸੀਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਏਅਰਪੋਰਟ ਤੋਂ ਉਤਰੇ ਵੀ ਅਸੀਂ ਸਭ ਤੋਂ ਪਹਿਲਾਂ ਮਹਾਤਮਾ ਗਾਂਧੀ ਜੀ ਨੂੰ ਮਿਲ ਰਹੇ ਕਹਿੰਦੇ ਉਹਨਾਂ ਦੇ ਜਿਹੜੇ ਪਹਿਰੇਦਾਰ ਸੀ ਸਾਨੂੰ ਉਹਨਾਂ ਨੇ ਮੱਥੇ ਨਹੀਂ ਲਾਇਆ ਉਹਨਾਂ ਨੇ ਉਹ ਕਹਿੰਦੇ ਸੁੱਤੇ ਪਏ ਜੇ ਮਿਲਣ ਤਾਂ ਸਵੇਰ ਨੂੰ ਆਏ ਕਹਿੰਦੇ ਅਸੀਂ ਤੁਹਾਡੇ ਕੋਲ ਆਏ ਹਾਂ ਅਸੀਂ ਜਿਸ ਵੇਲੇ ਦਰਵਾਜ਼ਾ ਖੋਲ੍ਹਿਆ ਆਪਣੇ ਆਪ ਹੀ ਖੁੱਲ੍ਹ ਗਿਆ ਕਿਉਂਕਿ ਅੰਦਰੋਂ ਕੁੰਡੀ ਨਹੀਂ ਲੱਗੀ ਹੋਈ ਤੁਸੀਂ ਹਾਲੇ ਵੀ ਇੰਨੀ ਰਾਤ ਹੋਈ ਤਾਂ ਤੁਸੀਂ ਪੜ੍ਹ ਰਹੇ ਆ ਜਾਗ ਰਹੇ ਕਿਉਂ ਜਿਹਦਾ ਕਾਰਨ ਕੀ ਹੈ ਤੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਇੱਕ ਗੱਲ ਕਹੀ ਉਸ ਵੇਲੇ ਧਿਆਨ ਨਾਲ ਸੁਣਦੇ ਬਾਈ ਬਾਬਾ ਸਾਹਿਬ ਅੰਬੇਡਕਰ ਜੀ ਕਹਿਣ ਲੱਗੇ ਕਿ ਉਹ ਲੋਕ ਤਾਂ ਸੁੱਤੇ ਪਏ ਆ ਓਏ ਉਹਨਾਂ ਦੀ ਕੌਮ ਜਾਗ ਰਹੀ ਆ ਉਹ ਕਹਿੰਦਾ ਮੈਂ ਤਾਂ ਜਾਗ ਰਿਹਾ ਆ ਮੇਰੀ ਕੌਮ ਸੁੱਤੀ ਪਈ ਆ ਆਖੋ ਜੋ ਬੰਦੇ ਸਿੰਘ ਕਹਿ ਬਾਬਾ ਸਾਹਿਬ ਅੰਬੇਡਕਰ ਜੀ ਕਹਿੰਦੇ ਕਿ ਮੈਂ ਤਾਂ ਜਾਗਦਾ ਆ ਮੇਰੀ ਕੌਮ ਸੁੱਤੀ ਪਈ ਆ ਮੈਨੂੰ ਤਾਂ ਜਾਗਣ ਦੀ ਲੋੜ ਪੈਂਦੀ ਕਹਿੰਦਾ ਉਹ ਤਾਂ ਸੁੱਤੇ ਆ ਉਹਨਾਂ ਦੀ ਕੌਮ ਜਾਗਦਾ ਗੁਰੂ ਪਿਆਰਿਓ ਤੁਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੇ ਬੱਚੇ ਆ ਤਾਂ ਜਾਗਣ ਦੀ ਲੋੜ ਹੈ ਉਹਨਾਂ ਦੇ ਸੁਪਨੇ ਨੂੰ ਪੂਰਾ ਕਰੋ ਜਿਹੜਾ ਵੀ ਕੋਈ ਸਾਡੇ ਸਮਾਜ ਦੇ ਵਿੱਚ ਮਿਸ਼ਨ ਚੱਲ ਰਿਹਾ ਉਹਦੇ ਵਿੱਚ ਹਿੱਸਾ ਲਵੋ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਇੱਕ ਗੱਲ ਲਿਖੀ ਸੀ ਕਹਿੰਦੇ ਮੁਰਦਾ ਲੋਕ ਮਿਸ਼ਨ ਮੇ ਹਿੱਸਾ ਨਹੀਂ ਲੈਂਦੇ ਜਿਹੜੇ ਮਰੇ ਲੋਕ ਨੇ ਜੀਂਦੇ ਮਰੇ ਆ ਉਹ ਮਿਸ਼ਨ 'ਚ ਕਦੇ ਹਿੱਸਾ ਨਹੀਂ ਲੈਂਦੇ ਉਹ ਕਹਿੰਦੇ ਛੱਡੋ ਪਰੇ ਕੀ ਕਰਨਾ ਜੇ ਕਿਤੇ ਸਾਨੂੰ ਕੋਈ ਹੈ ਨਾ ਹੱਕਾਂ ਵਾਸਤੇ ਕਦੇ ਇਕੱਠੇ ਹੋਣਾ ਪੈ ਜਾਵੇ ਤੇ ਕਈ ਘਰੋਂ ਨਹੀਂ ਨਿਕਲਦੇ ਕਹਿੰਦੇ ਛੱਡੋ ਪਰੇ ਤੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਇੱਕ ਗੱਲ ਲਿਖੀ ਸੀ ਕਹਿੰਦੇ ਮੁਰਦਾ ਲੋਕ ਮਿਸ਼ਨ ਮੇ ਹਿੱਸਾ ਨਹੀਂ ਲੈਂਦੇ ਜਿੰਦਾ ਲੋਕ ਉਹ ਮਿਸ਼ਨ 'ਚੋਂ ਰੁਕਣੇ ਨਹੀਂ ਦਿੰਦੇ ਆਪਾਂ ਜੀਂਦੇ ਹਾਂ ਆਪਾਂ ਮਿਸ਼ਨ 'ਚ ਰੁਕਣ ਨਹੀਂ ਦੇਣਾ ਆਪਾਂ ਕੋਲੋਂ ਚੱਲਦੇ ਰੱਖਣਾ ਹੈ ਜੇ ਆਪਾਂ ਮਰੇ ਹਾਂ ਤਾਂ ਆਪਾਂ ਮਿਸ਼ਨ ਵਿੱਚ ਹਿੱਸਾ ਨਹੀਂ ਲੈ ਸਕਦੇ ਗੁਰੂ ਪਿਆਰਿਓ ਅਸੀਂ ਜੀਂਦੇ ਜੀ ਮਰਨਾ ਨਹੀਂ ਅਸੀਂ ਜਿਉਣਾ ਆ ਅਸੀਂ ਮਿਸ਼ਨ ਵਿੱਚ ਹਿੱਸਾ ਲੈਣਾ ਆ ਆਪਣੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਜਿਹੜੇ ਸੁਪਨੇ ਬਾਬਾ ਸਾਹਿਬ ਅੰਬੇਡਕਰ ਜੀ ਨੇ ਲੈ ਸੀ ਅੱਜ ਇਹ ਸਾਡਾ ਸਮਾਜ ਪੂਰੇ ਕਰੂਗਾ ਸਾਡੇ ਨੌਜਵਾਨ ਸਾਡੀਆਂ ਭੈਣਾਂ ਪੂਰੇ ਕਰਨਗੇ ਤੁਸੀਂ ਵੀ ਆਪਣਾ ਜਿਹੜਾ ਸਨਮਾਨ ਆ ਉਹ ਲੈ ਕੇ ਜਾਇਓ ਕਿਉਂਕਿ ਲੱਗਦਾ ਕਿ ਸਾਡੇ ਨਾਲੋਂ ਕਾਲੇ ਤੁਸੀਂ ਆ ਅਸੀਂ ਤਾਂ ਗੁਰੂ ਜਾਣਾ ਤੁਸੀਂ ਇੱਥੋਂ ਉੱਠਣਾ ਤੇ ਘਰੇ ਚਲੇ ਜਾਣਾ
ਤੇ ਗੁਰਪ੍ਰੀਤ ਮੈਂ ਹੁਣ ਤੁਹਾਡੇ ਕੋਲ ਪ੍ਰੋਗਰਾਮ ਨੂੰ ਸੱਸਾ ਕਰ ਰਿਹਾ ਮੈਂ ਸਵੇਰ ਨੂੰ ਫੇਰ ਲੁਧਿਆਣੇ ਜਾਣਾ ਹੁਣ ਮੈਂ ਆਦਮਪੁਰ ਤੋਂ ਪ੍ਰੋਗਰਾਮ ਕਰਕੇ ਆਇਆ ਤੇ ਗੁਰੂ ਪਿਆਰਿਓ ਦੇਖੋ ਮੈਂ ਫੇਰ ਵੀ ਤੁਹਾਡੇ ਵਿੱਚ ਬੜੇ ਆਰਾਮ ਨਾਲ ਬੈਠਾ ਤੁਸੀਂ ਇੱਥੇ ਘਰੇ ਜਾਣਾ ਆਰਾਮ ਨਾਲ ਤੁਸੀਂ ਬੈਠੋ ਸਾਰਿਆਂ ਦੇ ਸਨਮਾਨ ਲੈ ਕੇ ਦੋ ਜਣੇ ਦੇ ਹੱਥ ਖੜੇ ਕਰਦੇ ਭੈਣਾਂ ਦੇ ਵਿੱਚੋਂ ਮੇਰੇ
देख लो इतना कि देखो मैं पहले दस हटिया देखो तुम ध्यान रखना कितने श्लोक से रामायण साहब के 24 दे हाथ खड़ा कर दे पता गुरु प्यारे 24000 श्लोक से ते योग शिष्य दे विच कितने श्लोक से 32000 तब हाथ खड़ा करो मैं हाथ खड़ा करना चाहिए भी सबको पता है मैं तां ही पूछदा भी भाई जी तुसी सत्संग दे विच बैठे तेनु कुछ पता भी लगदा ਇਹਦਾ ਹੋਈ ਜਿੱਦਾਂ ਦੇ ਆਏ ਕਦੇ ਉੱਥੇ ਵੀ ਚਲੇ ਜਾਈਏ ਫਿਰ ਤਾਂ ਕੋਈ ਫਾਇਦਾ ਨਹੀਂ ਸ਼ੁਕਰ ਪਿਆਰ ਉਹ ਲਾ ਦਿੰਦਾ ਸ਼ੁਰੂ ਕਰ जो कुछ
ससेरा जो भी तुसे मेनू दाता दित्तियां तियां दे तर पुत्तर दित्ते जो भी होंदा सब तेरा आ मेरा नाम है कृष्णा ये परमात्मा जो भी है तेरी बदौलत है तेरा आधार है सब कुछ तू ही सब कुछ कर रहा है आओ लास्ट शब्द की कण के तन कृपाली की भगवान की।